ਹਾਂਜੀ ਵੀਰੇ ਕੀ ਹਾਲ ਚਾਲ ਆ ਮੇਰੇ ਵੀਰਾਂ ਦਾ ਸਾਰਿਆਂ ਦਾ ਅੱਜ ਤੁਹਾਨੂੰ ਇੱਕ ਮਕਾਨ ਦਾ ਸ਼ੌਂਕ ਕਰਾਣ ਲੱਗੇ ਮੇਰਾ ਵੀਰ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਯਾਦਾਂ ਮੇਰੇ ਵੀਰਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਜਿਹੜੇ ਪੁਰਾਣੇ ਵਿਰਸੇ ਨਾਲ ਜੁੜੇ ਹੋਏ ਆ ਪੁਰਾਣੀਆਂ ਆਪਦੀਆਂ ਪਰੰਪਰਾ ਸਾਂਭੀਆਂ ਹੋਈਆਂ ਤੇ ਅੱਜ ਉਹ ਵੀਰ ਨੇ ਪਾਏ ਮਕਾਨ ਛੋਟਾ ਹੈ ਜਗ੍ਹਾ ਥੋੜੀ ਹੈ ਪਰ ਉਹਨੇ ਆਪਦੇ ਵੱਲੋਂ ਜਿੰਦ ਜਾਨ ਪੂਰੀ ਲਾਈ ਆਪਦੇ ਵੱਲੋਂ ਠੀਕ ਹੈ ਸ਼ੌਂਕ ਕੀਤਾ ਹੋਇਆ ਬੰਦੇ ਨੇ ਆਪਦੇ ਘਰ ਦਾ ਪੂਰਾ ਤਸੱਲੀ ਬਖਸ਼ ਮਿਸਤਰੀ ਨਾਲ ਵੀ ਮਲਾਵਾਂਗੇ ਤੇ ਆਪਾਂ ਤੁਹਾਨੂੰ ਮਾਲਕ ਨਾਲ ਵੀ ਮਲਾਵਾਂਗੇ ਪਰ ਜਿਹੜੀ ਚੀਜ਼ ਇਹਨਾਂ ਨੇ ਬਣਾਈ ਏ ਕਿਆ ਕਾਰੀਗਰੀ ਹੈ ਔਰ ਕਿਆ ਯਾਰ ਮੈਂ ਕਹਿੰਨਾ ਸਰਾਈ ਲਵਾਇਆ ਪਿਆ ਐਂਡ ਇੰਨਾ ਮਕਾਨ ਤਿਆਰ ਕਰਨ ਤੇ ਮਤਲਬ ਇੰਨੇ ਚ ਪੂਰਾ ਮਕਾਨ ਤਿਆਰ ਹੋ ਜਾਂਦਾ ਜਿੰਨੇ ਦੇ ਵਿੱਚ ਇਹ ਵੀਰ ਨੇ ਕੱਲੇ ਗੇਟ ਤੇ ਪੈਸੇ ਲਾਏ ਆ ਠੀਕ ਐ ਜਗ੍ਹਾ ਥੋੜੀ ਐ ਪਰ ਮੈਂ ਕਹਿੰਨਾ ਐਂਡ ਕੁਆਲਿਟੀ ਕੀਤੀ ਅੱਜਕੱਲ ਮਿਸਤਰੀ ਜਣਾ ਖਣਾ ਮਿਸਤਰੀ ਬਣਿਆ ਪਿਆ ਮਿਸਤਰੀ ਦਾ ਕੋਈ ਦਿੱਕਤ ਨਹੀਂ ਐ ਮਿਸਤਰੀ ਜਣਾ ਖਣਾ ਬਣਿਆ ਪਿਆ ਠੀਕ ਆ ਪਰ ਜਿਹੜੀ ਇਹ ਕਲਾਕਾਰੀ ਪੇਸ਼ ਕਰਨੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਕਲਾਕਾਰੀ ਆਪਾਂ ਪੇਸ਼ ਕਰਦੇ ਆ ਇਹ ਚੀਜ਼ਾਂ ਆਪਾਂ ਨੂੰ ਕੱਲੀ-ਕੱਲੀ ਜਿਹੜੀ ਇਹ ਪੁਆਇੰਟ ਆ ਨਿੱਕੀਆਂ-ਨਿੱਕੀਆਂ ਬਰੀਕੀ ਨਾਲ ਕੰਮ ਕੀਤਾ ਹੋਇਆ ਠੀਕ ਆ ਕਾਫੀ ਦਿਨਾਂ ਕਾਫੀ ਸਮਿਆਂ ਤੋਂ ਚੱਲ ਰਿਹਾ ਕੰਮ ਉਸ ਚੀਜ਼ ਦਾ ਤੁਹਾਨੂੰ ਸ਼ੌਂਕ ਕਰਾਣ ਲੱਗੇ ਆ ਪਹਿਲਾਂ ਤੁਹਾਨੂੰ ਆਪਾਂ ਮਿਸਤਰੀ ਨਾਲ ਮਲਾਣੇ ਆ ਫਿਰ ਆਪਾਂ ਤੁਹਾਨੂੰ ਮਾਲਕ ਨਾਲ ਵੀ ਮਲਾਵਾਂਗੇ ਠੀਕ ਆ ਔਰ ਮਿਸਤਰੀ ਨੂੰ ਪੁੱਛਾਂਗੇ ਯਾਰ ਕਿੱਥੋਂ ਔਰ ਪੁਰਾਣਾ ਨਕਸ਼ਾ ਕਿੱਥੋਂ ਤਿਆਰ ਕਰਾਇਆ ਬਾੜੀ ਐਂਡ ਚੀਜ਼ ਆ ਮੇਰੇ ਕੋ ਰਿਹਾ ਨਹੀਂ ਗਿਆ ਮੈਂ ਕਿਹਾ ਅੱਜ ਵੀਰਾਂ ਦਾ ਅੱਜ ਇਹ ਸ਼ੌਂਕ ਜ਼ਰੂਰ ਕਰਾਇਆ ਜਾਵੇ ਚਾਹੇ ਆਪਣਾ ਚੈਨਲ ਕਬੂਤਰਾਂ ਦਾ ਪਰ ਆਪਾਂ ਇਹ ਬਹੁਤ ਦਿਲ ਦਾ ਚਾਹ ਸੀਗਾ ਮੈਂ ਕਿਹਾ ਚੱਲ ਯਾਰ ਪਤਾ ਕੀ ਐ ਹੁੰਦਾ ਜਦੋਂ ਆਪਾਂ ਪੁਰਾਣੀ ਚੀਜ਼ ਕੋਈ ਦੇਖਦੇ ਆ ਨਾ ਉਹਦੇ ਨਾਲ ਆਪਣਾ ਮਤਲਬ ਇੱਕ ਰੂਹ ਦਾ ਜਿਵੇਂ ਕਹਿ ਲਓ ਪੁਰਾਣੀਆਂ ਸੱਬੇਚਾਰ ਹੈਗੀਆਂ ਚੀਜ਼ਾਂ ਉਹਨਾਂ ਨਾਲ ਆਪਣਾ ਪੁਰਾਣਾ ਪਿਆਰ ਪਿਆ ਹੋਇਆ ਠੀਕ ਹੈ ਇਹ ਆਪਾਂ ਤੁਹਾਡੇ ਨੂੰ ਮਿਸਤਰੀ ਸਾਹਿਬ ਨਾਲ ਮਿਲਾਨੇ ਹਾਂ ਜੀ ਮਿਸਤਰੀ ਸਾਹਿਬ ਸੱਸੀ ਗਾਲ ਜੀ ਕੀ ਹਾਲ ਹੈ ਵੀਰ ਜੀ ਠੀਕ ਠਾਕ ਜੇ ਆਪਣਾ ਏਰੀਆ ਮੋਗਾ ਹਾਂਜੀ ਮੋਗਾ ਹੀ ਆਪਣਾ ਠੀਕ ਆ ਠੀਕ ਆ ਮੇਰਾ ਵੀਰ ਹਾਂਜੀ ਹਾਂਜੀ ਕੀ ਨਾਮ ਮੇਰੇ ਵੀਰ ਦਾ ਆਪਣਾ ਨਾਮ ਸ਼ੇਰ ਸਿੰਘ ਹੈ ਜੀ ਸ਼ੇਰ ਸਿੰਘ ਮੇਰਾ ਵੀਰ ਇਹ ਕੰਮ ਫਿਰ ਤੁਹਾਡੇ ਆਪ ਦੇ ਹੱਥੀ ਹੋਇਆ ਸਾਰਾ ਜੀ ਹਾਂਜੀ ਸਾਰਾ ਹੱਥ ਨਾਲ ਕੀਤਾ ਜੀ ਠੀਕ ਆ ਜੀ ਠੀਕ ਆ ਬੜਾ ਬਾਲਾ ਐਂਡ ਕੁਆਲਿਟੀ ਕੀਤੀ ਜੀ ਮਾਲਕ ਦਾ ਵੀ ਪੂਰਾ ਮਤਲਬ ਮੈਂ ਤੁਹਾਨੂੰ ਅੱਗੇ ਵੀ ਕਿਹਾ ਮਿਸਤਰੀਆਂ ਦਾ ਤਾਂ ਰੋਲ ਜਿਹੜਾ ਹੈਗਾ ਹੀ ਹੈਗਾ ਜਿੰਦੇ ਪੈਸੇ ਲੱਗੇ ਮਤਲਬ ਜਿੱਦਾ ਕੈਲੋ ਟੂਆ ਪਟਾ ਉਹਨੇ ਵੀ ਆਪਦਾ ਵੇਖਣਾ ਹੁੰਦਾ ਹੈ ਬਾਕੀ ਯਾਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕੀ ਮਿਸਤਰੀ ਤਾਂ ਅੱਜ ਕੱਲ ਜਨਾਬ ਖੜਾ ਬਣਿਆ ਪਿਆ ਇੱਟਾਂ ਤਾਂ ਹਰੇਕ ਕੋਈ ਲਾ ਲੈਂਦਾ ਪਰ ਇਹ ਜਿਹੜੇ ਬਰੀਕੀ ਵਾਲੇ ਕੰਮ ਕੀਤੇ ਹੋਏ ਆ ਕੀ ਗੱਲਬਾਤ ਆ ਕੀ ਮੈਂ ਕਹਿੰਨਾ ਮਿਸਤਰੀ ਸਾਹਿਬ ਇਹ ਤੁਹਾਨੂੰ ਮੈਂ ਸ਼ੌਂਕ ਕਰਵਾਣ ਲੱਗਾ ਇਹ ਜਿਹੜੇ ਫੁੱਲ ਤੁਸੀਂ ਬੂਟੇ ਲਾਏ ਆ ਕੱਲੀ-ਕੱਲੀ ਚੀਜ਼ ਕਾਰੀਗਰੀ ਦਿਖਾਈ ਆ ਇਹ ਮਿਸਤਰੀ ਸਾਹਿਬ ਇਹ ਡਿਜ਼ਾਈਨ ਫਿਰ ਤੁਹਾਡੇ ਦਿਮਾਗ ਚੋਂ ਕਿੱਥੋਂ ਆਇਆ ਇਹ ਚੀਜ਼ ਜੀ ਬਸ ਹੀ ਤਗਰਤੀ ਦਿਮਾਗ ਆ ਜੀ ਅੱਛਾ ਜੀ ਇਹ ਮਤਲਬ ਤੁਸੀਂ ਆਪਦੇ ਮਾਲਕਾਂ ਨਾਲ ਵੀ ਕੋਈ ਰਾਏ ਹੋਈ ਏ ਕਿਵੇਂ ਕੋਸ਼ਰ ਮਾਲਕਾ ਨਾ ਹੁੰਦੀ ਮਾਲਕਾ ਨਾਲ ਰਾਇ ਹੁੰਦੀ ਅੱਛਾ ਜੀ ਠੀਕ ਹੈ ਠੀਕ ਹੈ ਜਿੰਨਾ ਗਾਹ ਕੰਮ ਚੱਲਦਾ ਉੱਪਰ ਜਾਂਦੇ ਆ ਠੀਕ ਹੈ ਜੀ ਠੀਕ ਹੈ ਉਹ ਮੈਂ ਦਿਮਾਗ ਕੰਮ ਕਰਦਾ ਕੰਮ ਕਰਦਾ 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 ਬਿਲਕੁਲ ਬਿਲਕੁਲ ਸੱਚੀ ਗੱਲ ਹੈ ਸਹੀ ਗੱਲ ਹੈ ਜੀ ਵਾਰੀ ਕੋਈ ਰਦਾ ਨਹੀਂ ਵੀ ਸਹੀ ਆਉਂਦਾ ਪੱਟ ਕੇ ਦੂਰੀ ਉਹ ਮਾਲਕ ਵੀ ਕਹਿੰਦਾ ਨਹੀਂ ਇਹ ਡਿਜ਼ਾਈਨ ਨਹੀਂ ਸਹੀ ਬਿਲਕੁਲ ਜੀ ਬਿਲਕੁਲ ਸਹੀ ਹੈ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਹੀ ਇਹੀ ਗੱਲ ਕਹੀ ਹੈ ਕਿ ਹਰੇਕ ਕਿਸੇ ਦਾ ਵਸਦਾ ਕੰਮ ਨਹੀਂ ਹੈਗਾ ਬਰੀਕੀ ਵਾਲਾ ਕੰਮ ਹੈ ਤੁਸੀਂ ਚੀਜ਼ ਦੇਖੋ ਕਿ ਆ ਬੰਦੇ ਨੇ ਨਕਸ਼ਾ ਤਿਆਰ ਕਰਾਇਆ ਯਾਰ ਬੰਦੇ ਨੇ ਕਿਹਾ ਗੱਲਬਾ ਔਰ ਦੇਖੋ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਰੀਕੀ ਵਾਲਾ ਕੰਮ ਦੇਖੋ ਤੁਸੀਂ ਆ ਦੇਖੋ ਗੁਲਦਸਤਾ ਬਣਿਆ ਪ੍ਰਾਣੀਆਂ ਯਾਦਾਂ ਹੋਏ ਹੋਏ ਕੀ ਬਾਤ ਆ ਵੀਰੇ ਪਹਿਲਾਂ ਪ੍ਰਾਣੀਆਂ ਹਵੇਲੀਆਂ ਦੇ ਵਿੱਚ ਇਹ ਚੀਜ਼ਾਂ ਬਣਦੀਆਂ ਸੀ ਆਪਣੇ ਇੱਥੇ ਇੱਕ ਮੋਗੇ ਦੇ ਕੋਲ ਵੀ ਪਿੰਡ ਹੈਗਾ ਪਤਾ ਨਹੀਂ ਕੀ ਪਿੰਡ ਦਾ ਨਾਮ ਸੀ ਉਹਨਾਂ ਨੇ ਵੀਰਾਂ ਨੇ ਬਹੁਤ ਸ਼ੌਂਕ ਕੀਤਾ ਪੁਰਾਣਾ ਮਤਲਬ ਬਹੁਤ ਪੈਸਾ ਲਾਇਆ ਇਹ ਵੀਰ ਨੇ ਫਿਰ ਵੀ ਜਿੰਨੀ ਕੁ ਜੇਬ ਸੰਧੀ ਸੀ ਪਰ ਵੀਰ ਨੇ ਇੱਕੋ ਗੱਲ ਲਈ ਹੈ ਕਿ ਮੈਂ ਆਪਦੇ ਨਾ ਸ਼ੌਂਕ ਪੂਰਾ ਕਰਨਾ ਮੈਂ ਆਪਦੇ ਪੈਸੇ ਲਾਇਆ ਦਾ ਜਿਹੜੇ ਮੇਰੇ ਪੈਸੇ ਲੱਗੇ ਆ ਮੈਨੂੰ ਉਹਨਾਂ ਦਾ ਕੋਈ ਦਿੱਕਤ ਨਹੀਂ ਆ ਪਰ ਮੈਂ ਆਪਦਾ ਸ਼ੌਂਕ ਪੂਰਾ ਕਰਨਾ ਐਵੇਂ ਨਹੀਂ ਕਹਿੰਦੇ ਪੰਜਾਬੀ ਸ਼ੌਂਕ ਪਿੱਛੇ ਕੁਝ ਵੀ ਕਰ ਦਿੰਦੇ ਆ ਮੇਰਾ ਵੀ ਦੇਖੋ ਜੰਗਲਾ ਮਿਸਤਰੀ ਸਾਹਿਬ ਕਹਿ ਰਹੇ ਕਿ ਹੱਲੇ ਰਹਿੰਦਾ ਆ ਦੇਖੋ ਉੱਪਰ ਲੈਂਪ ਬਣਿਆ ਲੋ ਵੀਰੇ ਕਲੋਜ਼ ਕਰਕੇ ਦਿਖਾ ਰਿਹਾ ਮੈਂ ਤੁਹਾਨੂੰ ਇਹ ਲੈਂਪ ਬਣਾਇਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਗੇਟਾਂ ਦੇ ਵਿੱਚ ਹੁੰਦੇ ਸੀ ਹਾਂਜੀ ਇਹ ਜਗ੍ਹਾ ਕਰਨਗੇ ਵਿੱਚ ਲਾਈਟਾਂ ਅੱਛਾ ਇਹਦੇ ਵਿੱਚ ਜਗਦੇ ਕਰਨਗੇ ਇਹ ਲਾਈਟਾਂ ਕੀਤੀਆਂ ਹਨਾ ਜੀ ਠੀਕ ਆ ਠੀਕ ਆ ਠੀਕ ਆ ਤੇ ਫਿਰ ਇਹ ਮਾਲਕ ਤੁਹਾਡੇ ਜੇ ਮਾਲਕ ਇੱਥੇ ਹੀ ਆ ਤੁਹਾਡੇ ਜੀ ਇਹ ਗੱਲ ਕਰਾਓ ਮਾਲਕਾਂ ਨਾਲ ਵੀ ਮਿਲ ਜੀ ਉਹਨਾਂ ਨਾਲ ਆਓ ਵੀਰ ਜੀ ਤੁਹਾਡੇ ਨਾਲ ਵੀ ਮਿਲ ਜੀ ਵੱਡੇ ਵੀਰ ਜੀ ਉਹ ਵੀਰ ਸਾਸ਼ੀਕਾਲ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਜਿਹੜੇ ਜ਼ਮੀਰ ਨਾਲ ਜੁੜੇ ਹੋਏ ਆ ਫਤਿਹ ਬੁਲਾਈ ਆ ਫਤਿਹ ਦੀ ਸਾਂਝ ਕੀਤੀ ਆ ਤੇ ਮੇਰੇ ਵੀਰੇ ਕਿੱਥੋਂ ਦਿਮਾਗ ਦੇ ਵਿੱਚ ਆਇਆ ਤੁਸੀਂ ਪੁਰਾਣਾ ਸਮੇਂ ਦੇ ਵਿੱਚ ਯਾਰ ਬੜਾ ਗੱਲਬਾਤ ਐਂਡ ਕਰਾਈਏ ਤੁਸੀਂ ਤੇ ਇਹ ਕਿੱਦਾਂ ਦਿਮਾਗ ਦੇ ਵਿੱਚ ਆਇਆ ਜੀ ਤੁਹਾਡੇ ਇਹ ਕਿੱਥੋਂ ਲੱਭ ਲਿਆ ਮਿਸਤਰੀ ਤੁਸੀਂ ਮਾਲਕ ਦੀ ਕਿਰਪਾ ਹੋਈ ਹੈ ਜੀ ਅੱਛਾ ਜੀ ਉਹਨੇ ਕਰਵਾਇਆ ਆਪਾਂ ਨੂੰ ਸ਼ੌਂਕ ਸੀ ਜਿਹਨੇ ਪੂਰਾ ਕੀਤਾ ਹੈ ਜੀ ਨਹੀਂ ਨਹੀਂ ਲਈ ਬਹੁਤ ਵਧੀਆ ਗੱਲ ਹੈ ਵੀਰੇ ਮੈਂ ਇਧਰੋਂ ਲੰਘਿਆ ਜਾਂਦਾ ਸੀਗਾ ਤੇ ਉਦਾਂ ਦਾ ਚਲੋ ਆਪਣੇ ਮਨ ਦੇ ਵਿੱਚ ਨਹੀਂ ਸੀਗਾ ਪਰ ਮੇਰੇ ਇਹ ਆਇਆ ਕਿ ਯਾਰ ਇਹ ਗਾ ਚੀਜ਼ ਦਾ ਸ਼ੌਂਕ ਕਰਾਉਣਾ ਚਾਹੀਦਾ ਹਨਾ ਜਿਨ੍ਹਾਂ ਨੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਿਆ ਆਪਣਾ ਪੁਰਾਣਾ ਵਿਰਸਾ ਸੰਭਾਲਿਆ ਬਹੁਤ ਵਧੀਆ ਗੱਲ ਹੈਗੀ ਏ ਅੱਛਾ ਤੁਸੀਂ ਵੀ ਲੋਕਲ ਮੋਗੇ ਦੇ ਹੀ ਹੋ ਵੀਰ ਜੀ ਕੇ ਹਾਂਜੀ ਹਾਂਜੀ ਪਿਸ਼ੋਕੜ ਆਪਣਾ ਕੁਝ ਹੋਰ ਹੈ ਜੀ ਜ਼ਿਲ੍ਹਾ ਮੁਕਸਰ ਹੈ ਜੀ ਆਪਣਾ ਹੁਣ ਮੈਂ 15 ਸਾਲ ਤੋਂ ਮੋਗੇ ਰਹਿ ਰਿਹਾ ਮੋਗੇ ਤੋਂ ਹੀ ਰਹਿ ਰਿਹਾ ਮੋਗੇ ਤੋਂ ਹੀ ਰਹਿ ਰਿਹਾ ਤੇ ਵੀਰ ਆਪਣਾ ਮਿਸਤਰੀ ਵੀ ਇੱਥੋਂ ਮੋਗੇ ਹੋਈ ਲੱਭਿਆ ਜੀ ਜੀ ਇਹ ਆਪਣਾ ਮੁੰਡਾ ਗਵੰਡੀ ਹੈ ਜੀ ਸਾਹਮਣੇ ਹੀ ਘਰ ਆ ਮੁੰਡੇ ਦਾ ਠੀਕ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਸ਼ੌਂਕ ਕੀਤਾ ਵੀਰੇ ਇਹ ਮਤਲਬ ਇਹ ਡਿਜ਼ਾਈਨ ਤੁਹਾਡੇ ਦਿਮਾਗ ਦੇ ਵਿੱਚੋਂ ਕਿੱਥੋਂ ਆਇਆ ਜੀ ਕਿ ਇਹ ਦਿਮਾਗ ਤੁਸੀਂ ਕਾਪੀ ਕੀਤਾ ਦੋ ਹੈਗਾ ਜਾਂ ਕਿ ਕਿਤੇ ਵੇਖਿਆ ਸੀਗਾ ਇਹ ਵੀਰ ਜੀ ਬਣਿਆ ਆਇਆ ਭਿੰਡਰ ਕਲਾ ਜੀ ਅੱਛਾ ਭਿੰਡਰ ਕਲਾ ਹਾਂਜੀ ਭਾਈ ਜੀ ਉਹਨਾਂ ਨੇ ਬਹੁਤ ਪੈਸਾ ਲਾ ਕੇ ਹਾਂ ਹਾਂ ਆਪਣੇ ਤੋਂ ਕਿਤੇ ਜ਼ਿਆਦਾ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਠੀਕ ਹੈ ਜੀ ਠੀਕ ਹੈ ਬਹੁਤ ਹੀ ਸੋਹਣਾ ਬਣਾਇਆ ਹੋਇਆ ਜੀ ਉੱਥੇ ਸਪੈਸ਼ਲ ਜਾ ਕੇ ਦੋ ਵਾਰ ਦੇਖ ਕੇ ਆਏ ਆ ਅੱਛਾ ਜੀ ਸਾਡੇ ਮਿਸਟਰੀ ਸਾਹਿਬ ਕਹਿੰਦੇ ਵੀ ਆਪਾਂ ਸੇਮ ਤੋਂ ਸੇਮ ਤਿਆਰ ਕਰ ਦੇਾਂਗੇ ਪਰ ਜਦੋਂ ਅਸੀਂ ਇਹਨੂੰ ਬਣਾਉਣਾ ਆਰੰਭ ਕੀਤਾ ਜੀ ਜੀ ਉਦ ਚਾਹੁੰਦੇ ਸੀ ਪਰ ਉੱਪਰ ਜਾ ਕੇ ਕੁਝ ਹੋਰ ਬਣ ਗਿਆ। ਜੀ ਆਪਣੇ ਦਿਮਾਗ ਨਾਲ ਅੱਗੇ ਚੱਲਣ ਲੱਗੇ ਜੀ ਚੀਜ਼ ਜੋ ਦੇਖਦੇ ਆ ਉਹ ਸੇਮ ਨਹੀਂ ਬਣਦੀ। ਨਹੀਂ ਬਣਦੀ ਨਹੀਂ ਬਣਦੀ। ਆਪਣੇ ਆਪ ਦਾ ਕੁਝ ਨਿੱਖੜ ਕੇ ਆਪਣੇ ਆਪ ਸਾਹਮਣੇ ਆਉਂਦਾ। ਜੀ ਜੀ ਵੀਰੇ ਇਹ ਤਾਂ ਗੱਲ ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਸਾਡੇ ਮਸਤਰੀ ਸਾਹਿਬ ਨੇ ਉੱਪਰ ਦਿਖਾ ਦਿਓ। ਹਾਂਜੀ ਹਾਂਜੀ। ਉਹ ਉੱਪਰ ਡਾਟ ਲਾਈ ਹੋਈ ਹੈ ਜੀ। ਇਹ ਕਿੱਥੇ ਜੀ ਲੱਗ ਗਈ ਡਾਟ? ਡਾਟ ਲਾਈ ਹੋਈ ਹੈ ਵੀ ਉੱਪਰ ਉਹਦੇ ਚੋਂ ਦੇਖੋ ਮੱਛੀਆਂ ਦਾ ਡਿਜ਼ਾਈਨ ਬਣਿਆ ਹੈ ਇਟਾਂ ਦੇ ਵਿੱਚ। ਓਏ ਹੋਏ ਹੋਏ ਹੋਏ। ਅੱਛਾ ਹਾਂਜੀ ਹਾਂਜੀ ਵੀਰ ਜੀ ਦੇਖੋ ਬਰੀਕੀ ਨਾਲ ਦੇਖੋ ਇਹ ਚੀਜ਼ਾਂ ਦੇ ਹਰੇ ਇਹ ਵੇਖੋ ਵੀਰੇ ਇਹ ਮੇਰੇ ਵੀ ਦਿਮਾਗ 'ਚ ਹੁਣੇ ਹੀ ਵਜਿਆ ਮੱਛੀਆਂ ਬਣਾਈਆਂ ਲੋ ਮੇਰਾ ਵੀਰ ਇਹ ਬਾਈ ਬਹੁਤ ਵਧੀਆ ਦੇਖੋ ਤੁਸੀਂ ਹੱਲੇ ਇਹ ਚੀਜ਼ ਦੇਖੋ ਕਿ ਪੈਡ ਲੱਗੀ ਲਗਾਈ ਐ ਹੱਲੇ ਇਹ ਮੈਂ ਤੁਹਾਨੂੰ ਦੱਸ ਰਿਹਾ ਮੈਂ ਇਧਰੋਂ ਲੰਘਦਾ ਪਿਆ ਸੀਗਾ ਕਿ ਮੈਂ ਕਿਹਾ ਯਾਰ ਦਿਖਾਣਾ ਚਾਹੀਦਾ ਮੇਰੇ ਆਪਦੇ ਮਨ ਨੂੰ ਲੱਗੀ ਚੀਜ਼ ਕਿ ਯਾਰ ਵਾਕੇ ਹੀ ਬੰਦੇ ਨੇ ਪੈਸੇ ਲਾਏ ਆ ਵਾਕੇ ਹੀ ਯਾਰ ਸ਼ੌਂਕ ਦਾ ਕੋਈ ਮੁੱਲ ਨਹੀਂ ਮੇਰਾ ਵੀਰ ਜੀ ਇਹ ਕੰਮ ਅਧੂਰਾ ਆ ਅੱਛਾ ਇਹ ਅਧੂਰਾ ਕੰਮ ਹੱਲੇ ਜੀ ਹਾਂ ਜੀ ਠੀਕ ਆ ਠੀਕ ਗ੍ਰੈਂਡਰ ਬਚਣਾ ਜੀ ਫਿਰ ਇਹ ਤੇ ਵਾਰਨਿਸ਼ ਬਜਣੀ ਆ ਠੀਕ ਆ ਜੀ ਠੀਕ ਆ ਇਹ ਹਲੇ ਕੰਪ ਠੀਕ ਹੈ ਠੀਕ ਹੈ ਮਤਲਬ ਇਹ ਜਿਹੜਾ ਇਹ ਡਿਜ਼ਾਈਨ ਡਿਜ਼ਾਈਨ ਹੈ ਤੁਸੀਂ ਵੇਖੇ ਹੋਏ ਸੀ ਫਿਰ ਆਪਦੇ ਮਰਜ਼ੀ ਨਾਲ ਤੁਸੀਂ ਕਰਾ ਰਹੇ ਹੋ ਕੰਮ ਬਹੁਤ ਬਰੀਕੀ ਨਾਲ ਇਹ ਟਾਇਲ ਬਤੇ ਟਾਇਲ ਟੂਲ ਨਾਲ ਕੰਮ ਹੋਇਆ ਹੋਇਆ ਜੀ ਇੱਟ ਤਾਂ ਲੱਗ ਨਹੀਂ ਰਹੀ ਇਹ ਇੱਕ ਨਹੀਂ ਜੀ ਇਹ 2 ਇੰਚੀ ਮੋਟੀ ਟਾਇਲ ਲਾਈ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ 2 ਇੰਚੀ ਮੋਟੀ ਟਾਇਲ ਲਾਈ ਹੈ ਮਤਲਬ ਤੁਸੀਂ ਇਹ ਵੇਖ ਲਓ ਜੇ ਵੀਰ ਨੇ ਆ 골ਡਾ ਡਿਜ਼ਾਈਨ ਪਾਇਆ ਠੀਕ ਹੈ ਇਹ ਡਿਜ਼ਾਈਨ ਪਾਇਆ ਇਹ ਤੁਸੀਂ ਦੇਖੋ ਕਿਸ ਹਿਸਾ ਹੋਣਾ ਕੱਟਿਆ ਹੋਣਾ ਤੇ ਕਿਸ ਹਿਸਾ ਹੋਣਾ ਲੱਗਾ ਹੋਣਾ ਸ਼ਾਬਾਸ਼ ਹੈ ਕਾਰੀਗਰੀ ਦੇ ਮਾਲਕਾਂ ਨੇ ਤਾਂ ਪੈਸੇ ਲਾਣੇ ਆ ਕਾਰੀਗਰ ਨੇ ਆਪਦਾ ਕਾਰੀਗਰ ਦਿਖਾਣੀ ਐ ਤੇ ਉਹ ਵਾਕਈ ਵੀਰ ਨੇ ਦਿਖਾਇਆ ਜੇ ਵੀਰ ਨੇ ਚਲੋ ਆਪਣਾ ਡਿਜ਼ਾਈਨ ਵੀ ਕਿਤੋਂ ਦੇਖਿਆ ਕਾਪੀ ਕੀਤਾ ਚਲੋ ਕੋਈ ਗੱਲ ਨਹੀਂ ਬਾਕੀ ਇਹਨੇ ਵੀਰ ਨੇ ਹੌਸਲਾ ਬਹੁਤ ਵੱਡੀ ਚੀਜ਼ ਆ ਪੈਸਾ ਲਾਣਾ ਹਰੇਕ ਬੰਦੇ ਦੇ ਵਸਦਾ ਕੰਮ ਨਹੀਂ ਅੱਜ ਕੱਲ੍ਹ ਵੈਸੇ ਜੀਸਾ ਹੁਣਾ ਮੰਗਈ ਆ ਵਧ ਰਹੀ ਐ ਅਗਲਾ ਬੰਦਾ ਇਹ ਗੱਲ ਕਹਿੰਦਾ ਕਿ ਯਾਰ ਮਕਾਨ ਬਣ ਜੇ ਇੰਨਾ ਬਹੁਤ ਐ ਮੈਂ ਕਹਿੰਦਾ ਜੀਸਾ ਹੁਣਾ ਵੀਰ ਨੇ ਗੇਟ ਬਣਾਇਆ ਨਾ ਤੁਸੀਂ ਸਾਰੀ ਲੋਕੇਸ਼ਨ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਜੀਸਾ ਹੁਣਾ ਵਾਲੇ ਨੇ ਗੇਟ ਬਣਾਇਆ ਇੰਨੇ ਦੇ ਵਿੱਚ ਮਕਾਨ ਤਿਆਰ ਤੇ ਇਧਰ ਕਲੋਨੀ ਇਹ ਨਵੀਂ ਬਣਦੀ ਵੀ ਨਵੀਂ ਕਲੋਨੀ ਬਣਦੀ ਵੀ ਤੇ ਹੱਲੇ ਇਧਰ ਗਿਣਤੀ ਦੇ ਘਰ ਹੈ ਤੇ ਮੈਂ ਵੀਰ ਨੂੰ ਇਹ ਗੱਲ ਕਹੀ ਮੈਂ ਕਿਹਾ ਯਾਰ ਕੀ ਸਮਝ ਕੇ ਤੂੰ ਇੰਨੇ ਪੈਸੇ ਲਾ ਰਿਹਾ ਇਧਰ ਉਹ ਕਹਿੰਦਾ ਵੀਰੇ ਆਪਾਂ ਕੀ ਸਮਝਣਾ ਆਪਾਂ ਇੱਥੇ ਰਹਿਣ ਵਾਸਤੇ ਬਣਾ ਰਹੇ ਆਪਾਂ ਕਿਹੜਾ ਇੱਥੇ ਵੇਚਣ ਵਾਸਤੇ ਬਣਾ ਰਹੇ ਆ ਵੇਚਣ ਵਾਸਤੇ ਬਣਾ ਰਹੇ ਮੈਂ ਕਿਹਾ ਵੀਰੇ ਇਹ ਤਾਂ ਗੱਲ ਤੇਰੀ ਸੱਚ ਆ ਤੇ ਮੈਂ ਕਿਹਾ ਯਾਰ ਤੂੰ ਇੰਨੇ ਪੈਸੇ ਕਿੰਨੇ ਕ ਲਾਤੇ ਇੱਥੇ ਕਹਿੰਦਾ ਵੀਰੇ ਇਹ ਨਾ ਪੁੱਛੋ ਪੈਸੇ ਜਦੋਂ ਲੱਗਦੇ ਉਦੋਂ ਫਿਰ ਨਹੀਂ ਕਿਸੇ ਦੇ ਵਸ ਦੀ ਗੱਲ ਹੁੰਦੀ ਵਾਕਈ ਸ਼ੌਂਕ ਦਾ ਕੋਈ ਮੁੱਲ ਨਹੀਂ ਮੈਂ ਤੁਹਾਨੂੰ ਅੱਗੇ ਵੀ ਦ ਪੰਜਾਬੀ ਕਿਸੇ ਗੱਲੋਂ ਘੱਟ ਨਹੀਂ ਏ ਜਿੱਥੇ ਅੜੀ ਅੜ ਜੇ ਪੰਜਾਬੀਆਂ ਦੀ ਉੱਥੇ ਦਾ ਉਹ ਫਿਰ ਤੁਹਾਨੂੰ ਪਤਾ ਜਿੱਥੋਂ ਨਹੀਂ ਚੀਜ਼ ਲੰਘਦੀ ਉੱਥੋਂ ਵੀ ਨੰਗਾ ਦਿੰਦੇ ਆ ਤੇ ਵੀਰ ਜੀ ਆਪਣੇ ਇੱਥੇ ਕਿੰਨਾ ਕ ਖਰਚਾ ਹੋ ਗਿਆ ਮੇਰਾ ਵੀਰ ਇਹ ਮਿਸਤਰੀ ਸਾਹਿਬ ਦੱਸਣਗੇ ਤੁਹਾਨੂੰ ਇਹਨਾਂ ਨੂੰ ਆਪਾਂ ਛੱਡਿਆ ਆ ਇਹਨਾਂ ਤੇ ਜਿੰਨੇ ਦਾ 10 ਲੱਖ ਰੁਪਇਆ ਖਰਚਾ ਆ ਚੁੱਕਾ ਏ ਇਹ ਗੇਟ-ਗੇਟ ਤੇ 4 ਲੱਖ ਰੁਪਇਆ ਖਰਚਾ ਆ ਚੁੱਕਾ ਹੁਣ ਹੁਣ ਤੱਕ ਬੱਲੇ ਬੱਲੇ ਮੈਂ ਕਹਿੰਦਾ ਜੀ ਇੰਨੇ ਤਾਂ ਕਹਿੰਦੇ ਕਿ ਪੱਥਰ ਲੱਗ ਜੇ ਥੱਲੇ 4 ਲੱਖ ਰੁਪਏ ਦਾ ਤੇ ਜਿੰਨੇ ਦਾ ਵੀਰ ਨੇ ਗੇਟ ਬਣਾਤਾ ਕੱਲਾ ਮੈਂ ਕਹਿੰਦਾ ਬਹੁਤ ਐਂਡ ਗੱਲਬਾਤ ਕੀਤੀ ਏ ਤੇ ਤਸੱਲੀ ਬਖਸ਼ ਵਾਲਾ ਕੰਮ ਹੈ ਵੀਰੇ ਯਾਰ ਹਰੇਕ ਕਿਸੇ ਦੇ ਵਾਸਾ ਵਾਲੀ ਗੱਲ ਨਹੀਂ ਹੈਗੀ ਐਂਡ ਨੇਰੀ ਲਿਆਂਦੀ ਏ ਵੀਰੇ ਕੀ ਕਹਿਣਾ ਚਾਹੋਗੇ ਮਿਸਤਰੀ ਸਾਹਿਬ ਤੁਸੀਂ ਹਾਂਜੀ ਉਹੀ ਕੰਮ ਕਰਾਵੇ ਜਿਹਦੇ ਕੋਲੇ ਪੈਸਾ ਹਾਂਜੀ ਇੱਕ ਦਲੇਰੀ ਹੈ ਦਲੇਰੀ ਹੈ ਦਲੇਰੀ ਤੋਂ ਬਿਨਾ ਤਾਂ ਕੁਝ ਨਹੀਂ ਨੀ ਦਲੇਰੀ ਤੋਂ ਬਿਨਾ ਕੁਝ ਨਹੀਂ ਨਿਕਲਦਾ ਪੈਸਾ ਵੀ ਉੱਥੇ ਹੀ ਨਿਕਲਦਾ ਜਿੱਥੇ ਦਲੇਰੀ ਹੈ ਹਾਂਜੀ ਇੱਕ ਉਹ ਹੀ ਜਿਵੇਂ ਮੈਸਤਰੀ ਦੇ ਉੱਪਰ ਖੜ ਕੇ ਕੰਮ ਨਹੀਂ ਹੋ ਸਕਦਾ ਇਹ ਅੱਛਾ ਜੀ ਬਸ ਮਿਸਤਰੀ ਨੂੰ ਮਿਸਤਰੀ ਉਹ ਤਾਂ ਹੈ ਜੀ ਵੀਰ ਜੀ ਜਿੰਨੇ ਦੇਖੋ ਜੀ ਹਾਂਜੀ ਹਾਂਜੀ ਸਾਡਾ ਮਾਲਕਾ ਬਸੇ ਸਾਨੂੰ ਚਾਹ ਦੁੱਧ ਦੇ ਜਾਂਦਾ ਸੀਗਾ ਅੱਛਾ ਜੀ ਫਿਕਰੀ ਚਲੋ ਜਿੰਨਾ ਮਾਰ ਬਸ 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 ਮੈਂ ਮੇਨ ਗੱਲ ਹੈ ਜੀ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਮਿਸਤਰੀ ਸਾਹਿਬ ਇਹ ਗੱਲ ਬਣਦੀ ਹੈ ਤੁਸੀਂ ਉਹਨਾਂ ਨੇ ਮਾਲਕਾਂ ਨੇ ਪੈਸਾ ਲਾਇਆ ਹਾਂਜੀ ਬਾਕੀ ਰੋਲ ਤੁਹਾਡਾ ਵੀ ਹੈ ਕੁਝ ਮਾਲਕਾ ਦਾ ਵੀ ਹੈ ਦੇਖੋ ਨਹੀਂ ਤਾਂ ਅੱਜ ਦੀ ਡੇਡ ਦੇ ਵਿੱਚ ਮਾਲਕ ਸਿਰਾਂ ਤੇ ਖੜੇ ਰਹਿੰਦੇ ਆ ਅਗਲੇ ਨੇ ਆਪਦਾ ਬਹੁਤ ਵਧੀਆ ਰੋਲ ਨਭਾਇਆ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਅਗਲਾ ਆਪਣਾ ਕੰਮ ਪੂਰੇ ਤਰੀਕੇ ਨਾਲ ਕਰਾ ਰਿਆ ਤੇ ਅਗਲੇ ਨੂੰ ਇਹ ਵੀ ਹੁੰਦਾ ਕਿ ਯਾਰ ਜੇ ਮੈਂ ਇੰਨੇ ਰੀਜ ਨਾ ਪੈਸੇ ਲਾ ਰਿਆ ਤੇ ਕਿਸੇ ਗੱਲ ਦੀ ਹਨਾ ਅਗਲੇ ਨੂੰ ਵੀ ਨਾ ਆਵੇ ਤੇ ਸਾਨੂੰ ਵੀ ਨਾ ਆਵੇ ਹਨਾ ਤੇ ਬਹੁਤ ਵਧੀਆ ਚੀਜ਼ਾਂ ਲੱਗੀਆਂ ਤੇ ਮੈਂ ਸੱਚੀ ਦੱਸ ਕਿਸੇ ਨੇ ਕੰਮ ਕਰਾਉਣਾ ਹੋਵੇ ਆਪਣਾ ਨੰਬਰ ਹੈਗਾ ਜੀ 946388043 ਹੈ ਮਿਸਤਰੀ ਸਾਹਿਬ ਮੋਗੇ ਦੇ ਮਿਸਤਰੀ ਸਾਹਿਬ ਹੈ ਮੋਗੇ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਤੁਹਾਨੂੰ ਦੇ ਦਿੱਤੀ ਜਾਏਗੀ ਬਕਾਇਦਾ ਇਹਨਾਂ ਦਾ ਨੰਬਰ ਦੇ ਦਿੱਤਾ ਜਾਏਗਾ ਠੀਕ ਹੈ ਜੀ ਵੀਰ ਜੀ ਨਾਮ ਦੱਸਿਓ ਕੀ ਕਿਹਾ ਸੀ ਤੁਸੀਂ ਨਾਮ ਆਪਣਾ ਸ਼ੇਰ ਸਿੰਘ ਹੈ ਜੀ ਸ਼ੇਰ ਸਿੰਘ ਨਾਮ ਹੈ ਵੀਰ ਜੀ ਨੰਬਰ ਬੋਲਿਓ ਤੁਹਾਡਾ ਨੰਬਰ 9463980413 ਹੈ ਜੀ 9463980613 80413 80413 ਜੀ 9463980 413 ਜੀ ਠੀਕ ਹੈ ਮਿਸਤਰੀ ਸਾਹਿਬ ਦਾ ਨੰਬਰ ਹੈ ਕਿਸੇ ਨੇ ਬਰੀਕੀ ਦਾ ਕੰਮ ਕਰਾਉਣਾ ਹੋਵੇ ਬੰਦੇ ਨੇ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਹੋ ਮਾਲਕਾ ਦਾ ਬਹੁਤ ਵਧੀਆ ਰੋਲ ਰਿਹਾ ਠੀਕ ਹੈ ਵੀਰੇ ਇਸ ਚੀਜ਼ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਮੇਰਾ ਵੀਰ ਠੀਕ ਹੈ ਮੇਰਾ ਵੀਰ ਆਪਣਾ ਪੁਰਾਣਾ ਵਿਰਸਾ ਕੋਈ ਕੋਈ ਬੰਦੇ ਰਹਿ ਗਏ ਵਿਰਲੇ ਜਿਹੜੇ ਸੰਭਾਲ ਕੇ ਰੱਖ ਰਹੇ ਆ ਬਹੁਤ ਵਧੀਆ ਮਾਲਕਾ ਦਾ ਰੋਲ ਰਹਿ ਗਿਆ ਠੀਕ ਹੈ ਜਿਨੇ ਇਹ ਚੀਜ਼ਾਂ ਨੂੰ ਸੰਭਾਲਿਆ ਜਿਨੇ ਪੈਸੇ ਲਾਤੇ ਆ ਦਲੇਰੀ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਗੱਲਾਂ ਕਰਦਿਆ ਕਰਦੇ ਆ ਇਹ ਗੱਲਾਂ ਕੀਤੀਆਂ ਕਿ ਦਲੇਰੀ ਤੋਂ ਬਿਨਾ ਪੈਸੇ ਨਹੀਂ ਲੱਗਦੇ ਮੇਰਾ ਵੀਰ ਠੀਕ ਹੈ ਇੰਨੇ ਦੇ ਵਿੱਚ ਮਕਾਨ ਤਿਆਰ ਹੋ ਜਾਂਦੇ ਜਿਨੇ ਦੇ ਵਿੱਚ ਅਗਲੇ ਨੇ ਲਾ ਲਿਆ ਠੀਕ ਹੈ ਵੀਰੇ ਧੰਨਵਾਦ ਆ ਮਾਲਕ ਦਾ ਤੇ ਧੰਨਵਾਦ ਆਪਣੇ ਮਿਸਤਰੀ ਵੀਰ ਦਾ ਜਿਨ੍ਹਾਂ ਨੇ ਆਪਾਂ ਨੂੰ ਟਾਈਮ ਦਿੱਤਾ ਤੇ ਆਪਣਾ ਥੋੜਾ ਜਿਹਾ ਟਾਈਮ ਦੇ ਕੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਵੀਰ ਜੀ ਧੰਨਵਾਦ ਆ ਤੁਹਾਡਾ ਮੇਰਾ ਵੀਰ ਤੁਹਾਡੇ ਨਾਮ ਕੀ ਵੀਰ ਜੀ ਨਾਮ ਦੀ ਦੱਸੋ ਆਪਦਾ ਅਮਰਤਪਾਲ ਆ ਮੇਰਾ ਵੀਰ ਜੇ ਕਿਸੇ ਨੇ ਇਹ ਡਿਜ਼ਾਈਨ ਦੇਖਣਾ ਵੀ ਹੋਵੇ ਜੇ ਤੁਸੀਂ ਕਿਤੇ ਨਹੀਂ ਇਹ ਡਿਜ਼ਾਈਨ ਨੂੰ ਨਿਗਾ ਵੀ ਮਾਰਨੀ ਹੋਵੇ ਤੇ ਲੋਕੇਸ਼ਨ ਬਣਦੀ ਏ ਵੀਰ ਜੀ ਆਪਾਂ ਮੈਂ ਇਧਰੋਂ ਲੰਘ ਰਿਹਾ ਸੀਗਾ ਮੋਗੇ ਬੋਨਾ ਚੌਂਕ ਦੇ ਵਿੱਚ ਹਰਗੋਬਿੰਦ ਨਗਰ ਪੈਂਦੀ ਆ ਜੀ ਠੀਕ ਹੈ ਜੇ ਕਿਤੇ ਵੀਰਾਂ ਨੂੰ ਮਿਲਣਾ ਵੀ ਹੋਵੇ ਤੁਸੀਂ ਜੇ ਕਿਸੇ ਨੇ ਡਿਜ਼ਾਈਨ ਵੇਖਣਾ ਵੀ ਹੋਵੇ ਨਿੱਕੀ ਨਿੱਕੀ ਬਰੀਕੀ ਚੀਜ਼ ਨਾਲ ਮਿਲਣਾ ਵੀ ਹੋਵੇ ਮਿਸਤਰੀ ਨੂੰ ਮਿਲਣਾ ਹੋਵੇ ਜਾਂ ਮਾਲਕਾਂ ਨੂੰ ਮਿਲਣਾ ਹੋਵੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਧੰਨਵਾਦ ਹੈ ਮੇਰਾ ਵੀਰ ਅਮਰਤ ਅਮਰਤਪਾਲ ਜੀ ਦੱਸਿਆ ਤੁਸੀਂ ਨਾਮ ਚਲੋ ਠੀਕ ਹੈ ਇੱਕ ਅਮਰਤਪਾਲ ਉਹ ਡਿਬਰੂਗਲ ਦੀ ਜੇਲ੍ਹ 'ਚ ਬੈਠਾ ਤੇ ਇੱਕ ਵੀਰ ਆਪਣਾ ਇਹ ਆ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ